ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਵਿਅਕਤੀ ਨਾਲ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਵਿਕਾਸ ਨਾਮ ਦੇ ਵਿਅਕਤੀ ਨੇ ਜਦੋਂ ਵਿਰੋਧ ਕੀਤਾ ਤਾਂ ਉਸ ਨਾਲ ਇਹਨਾਂ ਲੁਟੇਰਿਆਂ ਨੇ ਕੁੱਟਮਾਰ ਵੀ ਕੀਤੀ। ਲੁੱਟ ਖੋਹ ਦੀ ਇਹ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ, ਜਿਸ ਦੇ ਵਿੱਚ ਸ਼ਰੇਆਮ ਵੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਸ ਵਿਅਕਤੀ ਦੇ ਨਾਲ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਲੁਟੇਰੇ ਪੀੜਤ ਵਿਅਕਤੀ ਦੇ ਨਾਲ ਹੀ ਆਪਣੀ ਬਾਈਕ ਲਗਾ ਲੈਂਦੇ ਨੇ ਅਤੇ ਉਸ ਨੂੰ ਖੜਾ ਕਰਕੇ ਉਸਦੀ ਬਾਈਕ ਦੀ ਚਾਬੀ ਵੀ ਬੰਦ ਕਰ ਦਿੰਦੇ ਨੇ ਤੇ ਫਿਰ ਉਸ ਨਾਲ ਕੁੱਟਮਾਰ ਕਰਦੇ ਨੇ, ਜਿਸ ਤੋਂ ਬਾਅਦ ਪੀੜਤ ਵਿਅਕਤੀ ਨੇ ਰੋਲਾ ਪਾਇਆ, ਜਿਸ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ। ਇਹ ਵਾਰਦਾਤ ਸ਼ਾਮੀ 8 ਵਜੇ ਦੀ ਹੈ, ਘਟਨਾ ਮਾਨਸਾ ਤੋਂ ਸਾਹਮਣੇ। ਫਿਲਹਾਲ ਪੀੜਤ ਵਿਅਕਤੀ ਨੇ ਲੁੱਟਾਂ ਖੋਹਾਂ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦੇਖੋ ਮੈਂ ਤਾਂ ਕਹੂੰਗਾ ਜੀ, ਦੇਖੋ 8 ਵਜੇ ਦਾ ਟਾਈਮ ਹੈ, ਕੁਝ ਜ਼ਿਆਦਾ ਟਾਈਮ ਨਹੀਂ ਹੈਗਾ ਕਹਿ ਦੀਏ ਵੀ ਰਾਤ ਨੂੰ ਬੰਦੇ ਵਾਰਦਾਤ ਕਰਦੇ ਆ। ਇਹ ਤਾਂ ਇੱਕ ਸ਼ਾਮ ਹੀ ਹੈ, 7:30 ਵਜੇ ਤੱਕ ਤਾਂ ਦਿਨ ਖੜ੍ਹਾ ਹੁੰਦਾ ਆਪਣੇ। ਵੀ ਪ੍ਰਸ਼ਾਸਨ ਨੂੰ ਚਾਹੀਦਾ ਜੋ ਵੀ ਪੈਟਰੋਲਿੰਗ 'ਤੇ ਬੰਦੇ ਲਾਉਂਦੇ ਨੇ ਇਹ, ਤਾਂ ਉਹ ਜਿਹੜਾ ਕਿ ਹਨੇਰੇ ਵਾਲਾ ਏਰੀਆ ਜਾਂ ਮੰਨ ਲਓ ਵੀ ਥੋੜ੍ਹਾ ਜਿਹਾ ਸੁਨਸਨਾ ਵਾਲਾ ਏਰੀਆ, ਉੱਥੇ ਇਹ ਗੌਰ ਵਧਾਉਣ ਆਪਦੀ, ਤਾਂ ਜੋ ਮੇਰੇ ਵਰਗੇ ਜਿਹੜੇ ਰਾਹਗੀਰ ਨੇ, ਜਿਹੜੇ ਦੁਕਾਨਦਾਰ ਨੇ ਜਿਨ੍ਹਾਂ ਨੇ ਸ਼ਾਮ ਨੂੰ ਡੇਲੀ ਦੁਕਾਨ ਤੋਂ ਜਾਣਾ, ਉਹ ਸੇਫ ਮਹਿਸੂਸ ਕਰਨ। ਅਤੇ ਜੋ ਮੇਰੇ ਨਾਲ ਵਾਰਦਾਤ ਹੋਈ ਉਹਦੀ ਐਪਲੀਕੇਸ਼ਨ ਮੈਂ ਆਲਰੇਡੀ ਦੇ ਚੁੱਕਿਆ ਰਾਤ ਨੂੰ ਹੀ, ਅਤੇ ਵੀਡੀਓ ਦੀ ਫੁਟੇਜ ਵੀ ਦੇ ਚੁੱਕਿਆ। ਇਹ ਬਣਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਜੋ ਮੈਨੂੰ ਜਾਂ ਹੋਰ ਕਿਸੇ ਮੇਰੇ ਭੈਣ ਭਾਈ ਨੂੰ ਪਰੇਸ਼ਾਨੀ ਨਾ ਆਵੇ। ਅਤੇ ਜੋ ਕਿ ਸੱਟ ਲੱਗੀ ਹੈ, ਪਲੱਸ ਇਹ ਹੈ ਵੀ ਕੱਲ੍ਹ ਨੂੰ ਮੇਰੇ ਉਹ ਝੋਲੇ 'ਤੇ ਵੀ ਹੱਥ ਪਾਉਂਦੇ ਸੀ, ਮੇਰਾ ਕੋਈ ਉਹ ਮਾਲੀ ਨੁਕਸਾਨ ਵੀ ਕਰ ਸਕਦੇ ਸੀ। ਕਿਸ ਤਰ੍ਹਾਂ ਵਾਪਰੀ ਘਟਨਾ ਜੀ? ਇਹ ਬਸ ਤੁਰੇ ਜਾਂਦੇ ਜਦੋਂ ਮੋਟਰਸਾਈਕਲ 'ਤੇ ਮੈਨੂੰ ਇਹ ਲੱਗਿਆ ਵੀ ਦੋ ਬੰਦੇ ਜਾਂ ਤਿੰਨ ਬੰਦੇ ਜੋ ਵੀ ਹੈ ਮੋਟਰਸਾਈਕਲ ਮੇਰੇ ਬਰਾਬਰ ਟੱਪ ਰਿਹਾ, ਵੀ ਇਹਨਾਂ ਨੇ ਮੈਨੂੰ ਕ੍ਰੋਸ ਕਰਨਾ, ਪਰ ਉਹਨਾਂ ਨੇ ਮੇਰੇ ਬਰਾਬਰ ਮੋਟਰਸਾਈਕਲ ਲਾ ਕੇ ਮੇਰੇ ਮੋਟਰਸਾਈਕਲ ਦੀ ਚਾਬੀ ਬੰਦ ਕਰਕੇ ਮੇਰਾ ਮੋਟਰਸਾਈਕਲ ਖੜਾ ਲਿਆ। ਉਤਰਦਿਆਂ ਸਾਰ ਪਹਿਲਾਂ ਤਾਂ ਉਹਨਾਂ ਨੇ ਮੇਰੀ ਬਾਂਹ 'ਤੇ ਵਾਰ ਕੀਤਾ ਜੀ, ਉਹ ਪਤਾ ਨਹੀਂ ਨਲਕੇ ਦੀ ਹੱਥੀ ਸੀ ਜਾਂ ਮੇ ਵੀ ਹਾਕੀ ਹੋਵੇ, ਉਸ ਤਰ੍ਹਾਂ ਮੇਰੀ ਬਾਂਹ ਹੈ ਜੋ ਉਹ ਮਤਲਬ ਇੱਕ ਤਰ੍ਹਾਂ ਸੁੰਨ ਹੋ ਗਈ, ਅਤੇ ਉਹਨਾਂ ਨੇ ਮੇਰੇ ਝੋਲੇ ਨੂੰ ਜਿਹੜਾ ਮੋਟਰਸਾਈਕਲ ਨਾਲ ਲੰਘਿਆ ਹੋਇਆ ਸੀ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਜੋ ਕਿ ਮੈਂ ਮੋਟਰਸਾਈਕਲ ਘੁਮਾ ਕੇ ਉਹਨੂੰ ਬਚਾਇਆ। ਉਹਨਾਂ ਨੇ ਇੰਨੇ ਕਰਦੇ ਕਰਦੇ ਮੇਰੇ ਫਿਰ ਇੱਕ ਹੋਰ ਮਾਰੀ, ਅਤੇ ਮੈਂ ਆਂਢ ਗੁਆਂਢ 'ਚੋਂ ਬਾਜਾਂ ਲਾਈਆਂ, ਇੱਕ ਦੋ ਜਣੇ ਬਾਹਰ ਆਏ, ਉਹ ਉਸ ਤੋਂ ਬਾਅਦ ਫਿਰ ਉਹ ਬੰਦੇ ਟੱਪ ਗਏ। ਕਿੱਥੋਂ ਦੀ ਘਟਨਾ ਜੀ ਇਹ? ਇਹ ਚਾਂਚਲ ਵਾਲੀ ਗਲੀ ਪੈਂਦੀ ਜੀ ਬੱਸ ਅੱਡੇ ਦੇ ਨਾਲ, ਉਹਦੇ ਵਿੱਚ ਸਮਝ ਲਓ ਵੀ ਆਪਾਂ ਜਿਹੜਾ ਅੱਗੇ ਮਾਤਾ ਸੁੰਦਰੀ ਵਾਲਾ ਕੋਲ ਵਾਲਾ ਮੋੜ ਪੈਂਦਾ, ਉਸ ਤੋਂ ਜਸਟ ਤਿੰਨ ਚਾਰ ਘਰ ਉਹਨਾਂ ਮਤਲਬ ਵਾਰਦਾਤ ਹੋਈ। ਇਹਦੇ ਬਾਰੇ ਜੀ ਰਾਤ ਨਾ ਕਰੀਬ 9:30 ਵਜੇ ਕੋਈ ਵਿਕਾਸ ਨਾਂ ਦੇ ਵਿਅਕਤੀ ਨੇ ਸਾਨੂੰ ਇਤਲਾਹ ਦਿੱਤੀ ਸੀ ਵੀ ਜਿਹੜੇ ਮੋਟਰਸਾਈਕਲ ਸਵਾਰ ਹੈ ਨਾ ਨਕਾਬਪੋਸ਼ ਸੀਗੇ, ਉਹਨਾਂ ਨੇ ਆ ਕੇ ਉਹਦੇ ਰਾੜ ਮਾਰੀ ਬਾਂਹ 'ਤੇ, ਔਰ ਉਹ ਤੋਂ ਕੋਈ ਲੁੱਟ ਖੋਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਿਸ ਸੰਬੰਧੀ ਅਸੀਂ ਰਾਤ ਚੋਣਾਂ 'ਚ ਮਸ਼ਰੂਫ ਹੋਣ ਕਰਕੇ ਰਾਤ ਵੀ ਗਏ ਸੀ, ਪਰ ਹਨੇਰਾ ਹੋਣ ਕਰਕੇ ਹੁਣ ਅਸੀਂ ਇਹਦੀ ਡੰਘਾਈ ਨਾਲ ਪੜਤਾਲ ਕਰਕੇ ਉੱਥੇ CCTV ਵਗੈਰਾ ਫੁਟੇਜ ਵੇਖ ਕੇ ਇਹਨਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਇਹਨਾਂ ਦੇ ਖਿਲਾਫ਼ ਕਾਰਵਾਈ ਕਰਕੇ ਜੇਲ੍ਹ ਭੇਜਾਂਗੇ। ਔਰ ਇਸ ਤੋਂ ਇਲਾਵਾ ਅਸੀਂ ਆਮ ਲੋਕਾਂ ਨੂੰ ਵੀ ਇਹ ਅਵੇਅਰ ਕਰਨਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਰਾਹੀਂ, ਤਾਂ ਕਿ ਇਹਨਾਂ ਬੰਦੇ ਜੇ ਕਿਸੇ ਵੀ ਬੰਦੇ ਨੂੰ ਕੋਈ ਜਾਣਕਾਰੀ ਮਿਲੇ ਇਹ ਪਰਸਨ ਬਾਰੇ ਤਾਂ ਸਾਡੇ ਨਾਲ ਸਾਂਝੀ ਕਰ ਲੈਣ, ਤਾਂ ਕਿ ਇਹਨਾਂ ਨੂੰ ਨੱਥ ਪਾਈ ਜਾ ਸਕੇ ਔਰ ਇਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋ ਸਕੇ। ਮਾਨਸਾ ਵਾਸੀਆਂ ਨੂੰ ਕੀ ਸੁਨੇਹਾ ਦੇਣਗੇ? ਮਾਨਸਾ ਵਾਸੀਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਹਾਂ ਅਸੀਂ, ਜੇਕਰ ਕੋਈ ਇਹ ਹੈ ਵਿਅਕਤੀ ਬਾਰੇ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਹੋਵੇ ਨਾ, ਤਾਂ ਉਹ ਸਾਡੇ ਨਾਲ ਸ਼ੇਅਰ ਕਰਨ, ਤਾਂ ਕਿ ਇਹਨਾਂ ਨੂੰ ਨੱਥ ਪਾਈ ਜਾ ਸਕੇ।